ਹੈਲੋ ਸਤਿ ਸ਼੍ਰੀ ਅਕਾਲ ਜੀ, ਮੈਂ ਤੁਹਾਡਾ ਆਪਣਾ ਗਿੱਪੀ ਰਾਏ ਸ਼ੋਅ ਪੰਜਾਬੀ ਚੈਨਲ ਤੋਂ, ਜੋ ਕਿ ਸਾਡੇ ਯੂਟਿਊਬ 'ਤੇ ਬਹੁਤ ਛਾਏ ਹੋਏ ਨੇ ਅੱਜ ਕੱਲ੍ਹ ਰਿੰਪੀ ਰਾਏ ਜੀ, ਮੈਂ ਉਹਨਾਂ ਨੂੰ ਇੰਟਰਵਿਊ ਲਈ ਬੁਲਾਇਆ ਵਾ। ਰਿੰਪੀ ਰਾਏ ਭਾਈ ਆਉਣ ਲੱਗੇ ਨੇ ਅਤੇ ਉਹਨਾਂ ਦਾ ਇੰਟਰਵਿਊ ਲਵਾਂਗੇ। ਆਇਓ ਆਇਓ ਭਾਈ, ਤੁਹਾਡੀ ਵੇਟ ਕਰਦੇ ਹਾਂ। ਸਟੋਰ ਭਾਈ, ਕੀ ਹਾਲ ਚਾਲ ਬਈ? ਬੈਠੋ ਭਾਈ, ਬੈਠੋ। ਆ ਤੁਹਾਡੇ ਨਿਊ ਸਿੰਗਰ ਨੇ, ਜੋ ਵੀ ਇਹਨਾਂ ਦੀ ਯੂਟਿਊਬ 'ਤੇ ਤੁਸੀਂ ਵੇਖਿਆ ਹੀ ਹੋਣਾ, ਬਹੁਤ ਚੜ੍ਹਾਈ ਆ। ਹਾਂਜੀ ਭਾਈ, ਹੋਰ ਸੁਣਾਓ, ਕੀ ਹਾਲ ਚਾਲ? ਵਧੀਆ ਭਾਈ, ਆਪਣਾ ਸੁਣਾਓ। ਬਸ ਵਧੀਆ ਬਈ, ਵਧੀਆ। ਹੋਰ ਸੁਣਾਓ ਗੱਲਬਾਤ? ਬਸ ਵਧੀਆ, ਗੱਲਬਾਤ ਕੀ ਆ, ਨਵੇਂ ਗਾਣੇ ਦੀ ਤਿਆਰੀ ਕਰਦੇ ਹੈਗੇ ਹਾਂ। ਭਾਈ ਤੁਹਾਡਾ ਮੈਂ ਚੜ੍ਹਦੇ ਸਿਆਲ ਸੌਂਗ ਸੁਣਿਆ ਸੀ ਯੂਟਿਊਬ 'ਤੇ, ਬਹੁਤ ਵਧੀਆ ਲੱਗਾ ਮੈਨੂੰ। ਦਰਸ਼ਕਾਂ ਨੇ ਵੀ ਬਹੁਤ ਵਧੀਆ ਲੱਗਾ, ਉੱਥੇ ਬਹੁਤ ਜ਼ਿਆਦਾ ਕਮੈਂਟ ਆਏ ਆ। ਤੁਹਾਨੂੰ ਉਹ ਸੌਂਗ ਕਿੱਦਾਂ ਦਾ ਲੱਗਿਆ? ਬਹੁਤ ਵਧੀਆ ਭਾਈ, ਮੈਂ ਇਹ ਗਾਣਾ ਮੈਨੂੰ ਕਿਰਤ ਵਾਲੇ ਦੇ ਗਾਣੇ 'ਤੇ ਲਿਖਿਆ ਸੀਗਾ, ਮੈਨੂੰ ਉਹਨਾਂ ਦਾ ਗਾਣਾ ਬਰਾਬਰ ਲਿਖਿਆ। ਮੈਂ ਕਿਹਾ ਚਲੋ ਚੜ੍ਹਦਾ ਸਿਆਲ ਕਿਉਂ ਲਿਖ ਦਈਏ, ਫਿਰ ਮੈਂ ਉੱਦਾਂ ਲਿਖਦਾ ਵਾ। ਭਾਈ ਦਰਸ਼ਕਾਂ ਨੂੰ ਮੈਂ ਚਾਹੁੰਦਾ ਵਾਂ ਕਿ ਦੋ ਗੱਲ ਲੈਣਾ ਤੁਸੀਂ ਸੁਣਾ ਕੇ ਦੱਸੋ। ਹਾਂਜੀ ਜ਼ਰੂਰ। ਸੁਣ ਲੈਣੀ ਹੋਇਆ ਮਨ ਕਿਰਤ ਦਾ ਗਾਣਾ, ਚੜ੍ਹਦੇ ਸਿਆਲ ਮੈਂ ਵਿਆਹ ਕੇ ਲੈ ਕੇ ਜਾਣਾ। ਸੁਣ ਲੈਣੀ ਆਇਆ ਮਨ ਕਿਰਤ ਦਾ ਗਾਣਾ, ਚੜ੍ਹਦੇ ਸਿਆਲ ਮੈਂ ਵਿਆਹ ਕੇ ਲੈ ਕੇ ਜਾਣਾ। ਦੂਰੀ ਸੰਗਦੀ ਸੰਗਾਉਂਦੀ ਹਾਂ ਕਰਦੀ, ਸੰਗਦੀ ਸੰਗਾਉਂਦੀ ਹਾਂ ਕਰਦੀ, ਬਾਕੀ ਬੇਬੇ ਬਾਪੂ ਨਾਲ ਨੀ ਮੈਂ ਕਰ ਲੂ ਸਲਾਹ। ਇਹੋ ਰੱਬ ਤੋਂ ਦੁਆ ਮੰਗੀਦਾ, ਛੇਤੀ ਤੇਰਾ ਮੇਰਾ ਹੋ ਜਾਵੇ ਵਿਆਹ। ਇਹ ਰੱਬ ਤੋਂ ਦੁਆ ਮੰਗੀਦਾ, ਛੇਤੀ ਤੇਰਾ ਮੇਰਾ ਹੋ ਜਾਵੇ ਵਿਆਹ। ਥੈਂਕ ਯੂ ਭਾਈ, ਥੈਂਕ ਯੂ। ਬਹੁਤ ਵਧੀਆ ਭਾਈ ਸੌਂਗ ਆ, ਮੈਂ ਉਮੀਦ ਕਰਦਾ ਵਾ ਜਦੋਂ ਇਹ ਗਾਣਾ ਬਣ ਕੇ ਤਿਆਰ ਹੋਏਗਾ ਹੋਰ ਵਧੀਆ ਲੱਗੇਗਾ। ਮੈਂ ਕਿਹਾ ਬਾਈ ਆਪਾਂ ਅੱਤ ਕਰ ਦਿੰਦੇ ਹਾਂ ਬਈ, ਨਾਲ ਤੁਹਾਡੀ ਬਹੁਤ ਬਹੁਤ ਮਿਹਰਬਾਨੀ ਕਿ ਤੁਹਾਡੇ ਛੋਟੇ ਜਿਹੇ ਸਟੂਡੀਓ 'ਚ ਆਏ ਨੇ। ਕੋਈ ਗੱਲ ਨਹੀਂ ਭਾਈ। ਹੋਰ ਭਾਈ ਦੱਸੋ, ਤੁਹਾਡੀ ਕੀ ਉਮੀਦ ਹੈ, ਕੀ ਤੁਸੀਂ ਸਿੰਗਰ ਬਣਨ ਦੀ ਕਦੋਂ ਦੀ ਤਿਆਰੀ ਕਰਦੇ ਹੋ? ਬਈ ਸਿੰਗਰ ਬਣਨ ਦੀ ਤਿਆਰੀ ਤਾਂ ਮੈਂ ਬਹੁਤ ਚਿਰ ਦੀ ਕਰ ਰਿਹਾ ਵਾਂ, ਪਰ ਵਿੱਚੋਂ ਵਿੱਚੋਂ ਹੁੰਦਾ ਕਿ ਮੁੰਡੇ ਮੇਰੇ ਕੋਲ ਜਾ ਨਹੀਂ ਜਾਂਦੇ ਸਿੱਖਣ। ਬਾਕੀ ਤਿਆਰੀ ਫੁੱਲ ਕੀਤੀ ਦੀ ਆ, ਗਾਣਾ ਆਪਣਾ ਅਗਲੇ ਮਹੀਨੇ ਸ਼ਾਇਦ ਆਪਾਂ ਰਿਲੀਜ਼ ਕਰ ਦੇਣਾ ਜੱਟ ਮੁੱਕ ਦਾ। ਹਾਂਜੀ ਭਾਈ, ਉਹ ਵੀ ਸੱਚ ਜੱਟ ਮੁੱਕ ਪੈ ਦੀ ਆ, ਦੋ ਘਟਨਾ ਸੁਣਾ ਦਿਓ। ਮੈਂ ਸੁਣਿਆ ਸੀ, ਮੈਂ ਉੱਥੇ ਵੇਖਿਆ ਤੁਸੀਂ ਯੂਟਿਊਬ 'ਤੇ ਪਾਇਆ ਵਾ, ਸੁਣਿਆ ਸੀ, ਮੈਨੂੰ ਬਹੁਤ ਵਧੀਆ ਗਾਣਾ ਲੱਗਾ ਵਾ, ਬਹੁਤ ਨੱਚਣ ਵਾਲਾ ਗਾਣਾ, ਡੀਜੇ 'ਤੇ ਵੱਜਣ ਵਾਲਾ ਗਾਣਾ, ਉਹਦੀਆਂ ਦੋ ਲੈਣਾ ਸੁਣਾਓਗੇ ਭਾਈ? ਹਾਂਜੀ, ਮੈਂ ਵੀ ਐਂਗਲ ਟੱਪਾ ਸੁਣਾ ਦਾਂਗਾ ਥੋੜ੍ਹਾ ਜਿਹਾ, ਮੇਰੇ ਵੀਰ ਨੇ ਲਿਖਿਆ ਸੀਗਾ। ਰੱਖੇ ਡੌਂਗ ਵਿੱਚ ਕੋਕੇ ਝੜ ਕੇ ਬਈ, ਰੱਖੇ ਡੌਂਗ ਵਿੱਚ ਡੌਂਗ ਵਿੱਚ ਕੋਕੇ ਝੜ ਕੇ, ਜਦੋਂ ਲਾ ਕੇ ਕਾਲਾ ਚਾਦਰਾ ਤੁਰਦਾ ਤੁਰਦਾ, ਉਹ ਜੱਟ ਲਾ ਕੇ ਕਦੇ ਯਾਰੀਆਂ ਨਾ ਪਿੱਛੇ ਮੁੜਦਾ, ਜੱਟ ਲਾ ਕੇ ਕਦੇ ਯਾਰੀਆਂ ਨਾ ਪਿੱਛੇ ਮੁੜਦਾ, ਨਾ ਪਿੱਛੇ ਮੁੜਦਾ, ਨਾ ਪਿੱਛੇ ਮੁੜਦਾ। ਬਈ ਬਹੁਤ ਵਧੀਆ ਸੌਂਗ ਹੈ, ਮੈਨੂੰ ਵੀ ਨਾ ਇਹ ਸੌਂਗ ਬਹੁਤ ਵਧੀਆ ਲੱਗਾ ਸੀ, ਮੈਂ ਜਦੋਂ ਸੁਣਿਆ ਸੀ ਨਾ ਯੂਟਿਊਬ 'ਤੇ ਅਤੇ ਬਹੁਤ ਘੈਂਟ ਲੱਗਾ ਸੀ ਮੈਨੂੰ ਸੌਂਗ। ਆ ਭਾਈ ਕਿਹਨਾਂ ਨੇ ਲਿਖਿਆ ਇਹ ਸੌਂਗ? ਇਹ ਸਾਡੇ ਕਾਲੂ ਭਾਈ ਹੈਗੇ ਨੇ ਆਪਣੇ ਗੱਡਾ ਸਿੰਘ ਦੇ ਹੀ ਆ, ਉਹਨਾਂ ਨੇ ਲਿਖ ਕੇ ਦਿੱਤਾ ਸੀ, ਮੈਂ 8 ਸਾਲ ਪੜ੍ਹਿਆ ਉਹ, ਅਤੇ ਮੈਂ ਕਿਹਾ ਚਲੋ ਵੀਰ ਦਾ ਗਾਣਾ, ਉਹਨੇ ਮੈਂ ਬਹੁਤ ਚਿਰ ਦਾ ਕਿਹਾ ਸੀ ਕਿ ਮੈਂ ਤੇਰੇ ਗਾਣੇ ਗਾਣੇ ਆ, ਅੱਜ ਮੇਰਾ ਆ ਗਿਆ ਮਹੀਨੇ ਤੱਕ ਉਹਦਾ ਗਾਣਾ ਆਪਾਂ ਰਿਲੀਜ਼ ਕਰ ਦੇਣਾ ਅਤੇ ਮਾਰਕੀਟ 'ਚ ਲੈ ਆਉਣਾ। ਬਹੁਤ ਵਧੀਆ ਭਾਈ, ਬਹੁਤ ਵਧੀਆ। ਤੁਸੀਂ ਵੀ ਦਰਸ਼ਕੋ ਰਿੰਪੀ ਰਾਏ ਜੀ ਦਾ ਯੂਟਿਊਬ 'ਤੇ ਨਾਂ ਸਰਚ ਕਰਕੇ ਅਤੇ ਇਹਨਾਂ ਦੀ ਆਈਡੀ ਤੋਂ ਵੱਧ ਤੋਂ ਵੱਧ ਵੀਡੀਓ ਦੇਖੋ ਐਂਡ ਸਭ ਤੋਂ ਵੱਧ ਲਾਈਕ ਕਰੋ। ਠੀਕ ਹੈ ਭਾਈ, ਹੋਰ ਕੋਲਡ ਡਰਿੰਕ ਫੜੋ ਭਾਈ, ਤੁਹਾਡੇ ਵਾਸਤੇ ਲੈ ਗਏ ਹਾਂ। ਧੰਨਵਾਦ।